CBSE cluster 18 flag hosting Sardar Tarlochan Singh ji chairman Silver Oak International senior secondary school Tanda valo aaj di championship start hon ja rahi hai ji is to baad hon march pa start hovega ji ਨਨਕਾਣਾ ਪਬਲਿਕ ਸਕੂਲ ਲੁਧਿਆਣਾ ਬਹੁਤ ਬਹੁਤ ਸਵਾਗਤ ਜੀ ਤਾੜੀਆਂ ਵੱਧ ਨਹੀਂ ਹੋਣੀਆਂ ਚਾਹੀਦੀਆਂ ਇਸ ਦੇ ਨਾਲ ਹੀ ਜੀ ਐਸ ਇੰਟਰਨੈਸ਼ਨਲ ਸਕੂਲ ਭਗਵਾਨਪੁਰ ਬਹੁਤ ਮਿਹਨਤ ਮਾਰ ਕੇ ਇੱਥੇ ਤੱਕ ਪਹੁੰਚੇ ਸ੍ਰੀ ਸੁਖਦੇਵ ਸਿੰਘ ਜੀ श्री जगशीर सिंह जी बहुत बहुत स्वागत करते हैं तुहाडा जी कबड्डी कप की शुरुआत हो जा रही है जी पंजाब के सारे डिस्ट्रिक्ट विचों ते जम्मू कश्मीर तो दोवां स्टेट्स तो टीम्स इत्थे पहुंचियां ने इस कबड्डी कप च हिस्सा लैण मैं बेनती करता जी ताड़िया नाल स्वागत किया जाए सारिया टीमों का जब तक मार्च पास चलता है जी ताड़िया बंद नहीं होनी चाहिए मैं उम्मीद रखता सारिया टीमों तो कि बहुत ही वधिया तरीके नाल असीं चैंपियनशिप नूं सिरे नेपरे चाड़ांगे सारिया टीमों के सपोर्ट के नाल मैरी गोल्ड स्कूल ग्रीनलैंड कॉन्वेंट स्कूल लुधियाना दून इंटरनेशनल स्कूल जम्मू तो साढ़े सब तो दूर तो यह टीम साढ़े पार्टिसिपेट कर रही है बहुत बहुत वेलकम जी सारे का संत परमपाल सिंह जी एम एस सिटी पब्लिक स्कूल वेलकम करते हैं असीं तुहानूं सारयां नूं उम्मीद करते हैं बिल्कुल डिसिप्लिन विच रह के बहुत ही वधिया तरीके नाल इह चैंपियनशिप दा आनंद माणोगे तुसीं सारे सरदार निर्मल सिंह जी ते सरदार करतार सिंह जी साडी स्कूल मैनेजमेंट दे मैंबर असीं उहनां दा वी स्वागत करते हैं कि उहनां ने अपने कीमती समें सिल्वर ओक इंटरनेशनल सीनियर सेकेंडरी स्कूल शहबाजपुर बहुत खुशी का दिन है कि साड़ियां ग्राउंडां कलस्टर कबड्डी का शुरू होने तो पहला तैयार हो गई हैं मैं सब तो पहला अपनी स्पोर्ट्स टीम का धन्यवाद करना चाहूँगा जिन्होंने दिन रात मेहनत करके कबड्डी के कलस्टर शुरू होने तो पहले इन्होंने ग्राउंडा तैयार किया अज कबड्डी कलस्टर
18 ਦੀ ਓਥ ਸੈਰਾਮਨੀ ਦੇ ਓਪਨਿੰਗ ਸੈਰਾਮਨੀ ਦੇ ਵਿੱਚ ਆਏ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਕੇਵਲ ਸਿੰਘ ਜੀ SMO ਟਾਂਡਾ, ਸਰਦਾਰ ਕਰਤਾਰ ਸਿੰਘ ਜੀ ਮੈਨੇਜਮੈਂਟ ਕਮੇਟੀ ਦੇ ਮੈਂਬਰ, ਸਰਦਾਰ ਨਿਰਮਲ ਸਿੰਘ ਜੀ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਅਬਜ਼ਰਵਰ ਸਾਹਿਬਾਨ, ਪ੍ਰਿੰਸੀਪਲ ਸਰ, ਐਡਮਿਨਿਸਟ੍ਰੇਟਰ ਮੈਮ, ਮੈਨੇਜਰ ਔਰ ਸਾਰੇ ਹੀ ਇਸ ਕਬੱਡੀ ਦੇ ਕਲੱਸਟਰ ਦੇ ਵਿੱਚ ਸਾਡੇ ਸਕੂਲ ਦੇ ਯੋਗਦਾਨ ਪਾਉਣ ਵਾਸਤੇ ਸਾਡੇ ਟੀਚਰ ਸਾਹਿਬਾਨ, ਨੌਨ ਟੀਚਿੰਗ ਸਟੂਡੈਂਟ ਔਰ ਵੱਖ ਵੱਖ ਸਕੂਲਾਂ ਤੋਂ ਇਸ ਕਬੱਡੀ ਦੇ ਕਲੱਸਟਰ ਦੇ ਵਿੱਚ ਪਾਰਟੀਸਪੇਟ ਕਰਨ ਆਏ ਹੋਏ ਸਪੋਰਟਸ ਔਰ ਉਹਨਾਂ ਦੇ DP ਸਾਹਿਬਾਨ, ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਬਜ਼ਰਵਰ ਸਾਹਿਬਾਨ ਦੀ ਦੇਖ ਰੇਖ, DP ਸਾਹਿਬਾਨ ਦੀ ਦੇਖ ਰੇਖ ਔਰ ਵੱਖ ਵੱਖ ਗੌਰਮੈਂਟ ਸਕੂਲਸ ਤੋਂ ਆਏ ਹੋਏ DP ਸਾਹਿਬਾਨ ਦੀ ਦੇਖ ਰੇਖ ਦੇ ਵਿੱਚ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਡਿਸਿਪਲਨ ਨੂੰ, ਸਕੂਲ ਦੇ ਡੈਕੋਰਮ ਨੂੰ ਮੇਨਟੇਨ ਕਰਦੇ ਹੋਏ ਇਸ ਸਾਡੀ ਮਾਂ ਖੇਡ ਕਬੱਡੀ ਦਾ ਆਨੰਦ ਮਾਣੋਗੇ ਔਰ ਆਪਣੇ ਆਪਣੇ ਸਕੂਲ ਦਾ, ਆਪਣੇ ਆਪਣੇ ਇਲਾਕੇ ਦਾ ਤੁਸੀਂ ਨਾਮ ਰੋਸ਼ਨ ਕਰੋਗੇ। ਮੈਂ ਆਪਣੇ ਵੱਲੋਂ, ਆਪਦੀ ਫੈਮਿਲੀ ਵੱਲੋਂ, ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਤੁਹਾਡਾ ਆਏ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਪਣੀਆਂ ਬਲੈਸਿੰਗ ਦਿੰਦਾ ਕਿ ਤੁਸੀਂ ਜਿਸ ਤਰ੍ਹਾਂ ਸਕੂਲ ਦੇ ਵਿੱਚ ਪਹਿਲਾਂ ਹੀ ਵਧਾਈ ਦੇ ਪਾਤਰ ਸੀ, ਜਿਸ ਵੇਲੇ ਅਸੀਂ ਗਰਾਊਂਡਾਂ ਦੇਖੀਆਂ, ਇੰਟਰਨੈਸ਼ਨਲ ਗਰਾਊਂਡਾਂ ਜਿਹੜੇ ਕਿਤੇ ਵੀ ਨਹੀਂ ਦੇਖਣ ਨੂੰ ਮਿਲਦੀਆਂ, ਵਧਾਈ ਦੇ ਪਾਤਰ ਸਰਦਾਰ ਤਲੋਚਨ ਸਿੰਘ ਜੀ ਬਿੱਟੂ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਉਹਨਾਂ ਦੀ ਪੂਰੀ ਟੀਮ, ਉਹਨਾਂ ਦੇ ਨਾਲ ਜਿੰਨੇ ਵੀ ਸੱਜਣ ਮਿੱਤਰ ਜੁੜੇ ਆ ਉਹ ਸਾਰੇ ਵਧਾਈ ਦੇ ਪਾਤਰ ਆ। ਤੋ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਤੁਸੀਂ ਬੱਚੇ ਜਿਹੜੇ ਦੂਰ ਦੁਰਾਡੇ ਤੋਂ, ਮੈਂ ਦੇਖਿਆ ਜੰਮੂ ਕਸ਼ਮੀਰ ਤੋਂ ਵੀ ਟੀਮਾਂ ਆਈਆਂ, ਆਊਟ ਆਫ ਪੰਜਾਬ ਤੋਂ ਟੀਮਾਂ ਆਈਆਂ, 50 ਤੋਂ ਜ਼ਿਆਦਾ ਟੀਮਾਂ ਪਹੁੰਚ ਚੁੱਕੀਆਂ, ਸਾਰੇ ਹੀ ਬੱਚੇ ਵਧਾਈ ਦੇ ਪਾਤਰ। ਤੁਸੀਂ ਇੱਕ ਪ੍ਰੇਰਨਾ ਹੋ ਪੂਰੇ ਇਲਾਕੇ ਲਈ, ਪੂਰੇ ਪੰਜਾਬ ਲਈ। ਡਰੱਗ ਅਡਿਕਸ਼ਨ ਜੇਕਰ ਦੂਰ ਕਰਨਾ ਆ, ਜਿੰਨੀਆਂ ਇਹ ਗਰਾਊਂਡਾਂ ਕੰਮ ਕਰ ਸਕਦੀਆਂ, ਤਾਂ ਤੁਸੀਂ ਬਹੁਤ ਹੀ ਵਧੀਆ ਇਲਾਕੇ ਦੇ ਵਿੱਚ ਇੱਕ ਸ਼ਾਨਦਾਰ ਕੰਮ ਨਿਭਾਇਆ, ਬਹੁਤ ਵੱਡੀ ਸੇਵਾ ਕੀਤੀ ਹੈ। ਮੈਂ ਸਾਰੇ ਸੱਜਣਾ ਮਿੱਤਰਾਂ ਦਾ, ਪ੍ਰੈਸ ਦਾ, ਜਿੰਨੇ ਵੀ ਸੱਜਣ ਇੱਥੇ ਆਏ ਆ, ਸਾਰਿਆਂ ਦਾ ਧੰਨਵਾਦ ਕਰਦਾ। ਮੈਨੂੰ ਬੜੀ ਖੁਸ਼ੀ ਹੋਈ। ਥੈਂਕ ਯੂ ਵੈਰੀ ਮਚ।